ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਅਕਸਰ ਹੀ ਵੱਖ-ਵੱਖ ਪਿੰਡਾਂ ਵਿੱਚ ਜੋਗੀਆਂ ਨੂੰ ਦੇਖਿਆ ਹੋਵੇਗਾ ਜੋ ਲੋਕਾਂ ਦੇ ਘਰੋਂ ਖੈਰ ਲੈਂਣ ਦੇ ਲਈ ਆਉਂਦੇ ਹਨ ਮਤੇ ਲੋਕ ਵੀ ਆਪਣੀ ਸ਼ਰਦਾ ਦੇ ਮੁਤਾਬਿਕ ਜੋ ਵੀ ਉਹਨਾਂ ਨੂੰ ਦੇਣਾ ਹੁੰਦਾ ਹੈ ਦੇ ਦਿੰਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਜੋਗੀ ਹੱਥ ਦੇਖ ਕੇ ਹੀ ਬੰਦੇ ਨੂੰ ਆਉਣ ਵਾਲਾ ਭਵਿੱਖ ਦੱਸ ਦਿੰਦੇ ਹਨ ਕਿ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਕੀ ਹੋਣ ਜਾ ਰਿਹਾ ਹੈ ਇੱਕ ਐਦਾਂ ਦੇ ਹੀ ਅਨੋਖੀ ਘਟਨਾ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਦੁਆਰਾ ਦੱਸਾਂਗੇ ਜਦੋਂ ਇੱਕ ਜੋਗੀ ਨੇ ਇੱਕ ਔਰਤ ਦਾ ਹੱਥ ਦੇਖਿਆ ਅਤੇ ਹੱਥ ਦੇਖ ਕੇ ਹੀ ਉਸਨੇ ਉਸ ਨੂੰ ਅਜਹੀ ਗੱਲ ਦੱਸੀ ਕਿ ਉਸ ਔਰਤ ਦੇ ਪਰਿਵਾਰ ਵਾਲੇ ਉਸ ਨੂੰ ਕੁੱਟਣ ਲੱਗ ਪਏ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਉਸ ਜੋਗੀ ਨੇ ਉਸ ਔਰਤ ਨੂੰ ਅਜਿਹਾ ਕੀ ਕਿਆ ਸੀ ਦਰ ਅਸਲ ਹੁਸ਼ਿਆਰਪੁਰ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਇੱਕ ਜੋਗੀ ਦੁਪਹਿਰ ਦੇ ਵੇਲੇ ਲੋਕਾਂ ਦੇ ਘਰੋਂ ਖੈਰ ਮੰਗ ਰਿਹਾ ਸੀ ਖੈਰ ਮੰਗਦਾ ਮੰਗਦਾ ਉਹ ਇੱਕ ਘਰ ਵਿੱਚ ਚਲਾ ਗਿਆ ਜਦੋਂ ਇੱਕ ਔਰਤ ਉਸ ਨੂੰ ਖੈਰ ਪਹੁੰਚਣ ਲਈ ਆਈ ਉਸਨੇ ਉਸ ਜੋਗੀ ਨੂੰ ਆਪਣਾ ਹੱਥ ਦਿਖਾਇਆ ਉਸ ਦਾ ਹੱਥ ਦੇਖ ਕੇ ਉਹ ਜੋਗੀ ਚੁੱਪ ਜਿਹਾ ਕਰ ਗਿਆ ਇਹ ਦੇਖ ਕੇ ਉਹ ਔਰਤ ਉਸ ਨੂੰ ਪੁੱਛਣ ਲੱਗ ਪਈ ਕਿ ਬਾਬਾ ਤੂੰ ਕੁਝ ਦੱਸਿਆ ਨਹੀਂ ਕਿ ਮੇਰੇ ਹੱਥ ਤੇ ਕੀ ਲਿਖਿਆ ਹੋਇਆ ਹੈ ਉਸ ਜੋਗੀ ਨੇ ਉਸ ਨੂੰ ਕਬਰਾਈ ਹੋਈ ਆਵਾਜ਼ ਦੇ ਵਿੱਚ ਕਿਹਾ ਕਿ ਬੀਬੀ ਆਉਣ ਵਾਲੇ 5 ਦਿਨ ਬਾਅਦ ਤੇਰਾ ਵੱਡਾ ਬੇਟਾ ਇਸ ਦੁਨੀਆ ਤੋਂ ਚਲਾ ਜਾਵੇਗਾ ਇਹ ਸੁਣ ਕੇ ਉਹ ਔਰਤ ਇਕਦਮ ਚੁੱਪ ਕਰ ਗਈ ਅਤੇ ਆਪਣੇ ਘਰ ਵਾਲਿਆਂ ਨੂੰ ਆਵਾਜ਼ ਮਾਰੀ ਕਿ ਦੇਖੋ ਇਹ ਜੋਗੀ ਕੀ ਕਹਿ ਰਿਹਾ ਹੈ ਉਹਨਾਂ ਨੇ ਆਉਂਦਿਆਂ ਹੀ ਗੁੱਸੇ ਵਿੱਚ ਆ ਕੇ ਉਸ ਜੋਗੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੌਣ ਹੁੰਦਾ ਹੈ ਅਜਿਹਾ ਕਹਿਣ ਵਾਲਾ ਉਹਨਾਂ ਨੇ ਉਸ ਜੋਗੀ ਨੂੰ ਬਹੁਤ ਮਾਰਿਆ ਉਸ ਤੋਂ ਬਾਅਦ ਉਹ ਜੋਗੀ ਚਲਾ ਗਿਆ ਉਸ ਦੇ ਘਰ ਵਾਲੇ ਉਸ ਔਰਤ ਨੂੰ ਸਮਝਾਉਣ ਲੱਗ ਪਏ ਕਿ ਇਹ ਜੋਗੀ ਝੂਠ ਬੋਲਦੇ ਹਨ ਇਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਐਵੇਂ ਲੋਕਾਂ ਨੂੰ ਵਹਿਮ ਭਰਮਾਂ ਵਿੱਚ ਪਾਉਂਦੇ ਹਨ ਉਸ ਤੋਂ ਬਾਅਦ ਠੀਕ 5 ਦਿਨ ਬਾਅਦ ਉਸ ਔਰਤ ਦਾ ਵੱਡਾ ਬੇਟਾ ਮਰ ਗਿਆ ਦਰਅਸਲ ਉਹ ਸ਼ਹਿਰ ਕਿਸੇ ਕੰਮ ਗਿਆ ਹੋਇਆ ਸੀ ਅਤੇ ਰਸਤੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਘਰ ਵਾਲੇ ਬਹੁਤ ਜ਼ਿਆਦਾ ਦੁਖੀ ਹੋ ਗਏ ਅਤੇ ਉਸ ਔਰਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਹੁਣ ਸਾਰੇ ਇਹ ਸੋਚ ਰਹੇ ਸਨ ਕਿ ਉਹ ਜੋਗੀ ਠੀਕ ਹੀ ਕਹਿੰਦਾ ਸੀ ਜਿਸ ਤਰ੍ਹਾਂ ਉਸਨੇ ਕਿਹਾ ਸੀ ਉਸੇ ਤਰ੍ਹਾਂ ਹੀ ਹੋਇਆ ਉਹ ਔਰਤ ਕਹਿਣ ਲੱਗ ਪਈ ਕਿ ਮੈਨੂੰ ਉਸ ਜੋਗੀ ਨੇ ਕਿਹਾ ਸੀ ਕਿ ਮੈਂ ਉਪਾਏ ਕਰ ਦਿੰਨਾ ਹਾਂ ਜਿਸ ਨਾਲ ਇਹ ਮੁਸੀਬਤ ਟਲ ਜਾਵੇਗੀ ਪਰ ਮੈਂ ਉਸ ਦੀ ਗੱਲ ਨਹੀਂ ਗੋਲੀ ਅੱਜ ਉਸ ਦਾ ਤੀਜਾ ਭੁਗਤਣਾ ਪੈ ਰਿਹਾ ਹੈ ਇਸ ਤੋਂ ਬਾਅਦ ਉਸ ਪਰਿਵਾਰ ਨੇ ਉਸ ਜੋਗੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਾ ਮਿਲਿਆ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ